ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੁਡੇ ਇਜ਼ ਦ ਡੇ ਵੀ ਰਿਮੈਂਬਰ ਐਂਡ ਪੇ ਓਬੀਸੈਂਸ ਟੂ ਸੰਤ ਕਰਤਾਰ ਸਿੰਘ ਜੀ, ਦ ਥਰੂ ਸੇਂਟ ਹੂ ਡਿਵੋਟਡ ਹਿਸ ਲਾਈਫ ਟੂ ਦ ਖਾਲਸਾ ਪੰਥ। ਸੰਤ ਜੀ ਦਾ ਜਨਮ ਭਾਈ ਜੰਦਾ ਸਿੰਘ ਜੀ ਦੇ ਘਰ ਵਿੱਚ ਹੋਇਆ ਸੀ, ਜਿਨ੍ਹਾਂ ਦੀ ਇੱਕ ਹੀ ਅਰਦਾਸ ਹੁੰਦੀ ਸੀ ਕਿ ਗੁਰੂ ਮਹਾਰਾਜ ਸਦਾ ਉਹਨਾਂ ਦੇ ਘਰ ਵਿੱਚ ਗੁਰਸਿੱਖੀ ਦਾ ਚਾਨਣਾ ਰੱਖਿਆ ਕਰੇ। ਛੋਟੇ ਹੁੰਦਿਆਂ ਹੀ ਸੰਤ ਜੀ ਨੂੰ ਗੁਰਬਾਣੀ ਨਾਲ ਬਹੁਤ ਪਿਆਰ ਸੀ। ਉਹ ਪੂਰੀ ਰਾਤ ਕੰਧ ਉੱਤੇ ਬਹਿ ਕੇ ਗੁਰਬਾਣੀ ਪੜ੍ਹਿਆ ਕਰਦੇ ਸਨ, ਅਤੇ ਜੇ ਗਲਤੀ ਨਾਲ ਵੀ ਉਹਨਾਂ ਨੂੰ ਨੀਂਦ ਆ ਗਈ ਤਾਂ ਉਹਨਾਂ ਨੂੰ ਹਮੇਸ਼ਾ ਡਿੱਗਣ ਦਾ ਖਤਰਾ ਸੀ। ਇਸੇ ਤਰ੍ਹਾਂ ਸੰਤ ਜੀ ਦੀ ਲਿਵ ਜਿਹੜੀ ਹੈ ਉਹ ਗੁਰਬਾਣੀ ਨਾਲ ਜੁੜੀ ਰਹਿੰਦੀ ਸੀ। ਇੱਥੋਂ ਤੱਕ ਉਹਨਾਂ ਦੀ ਸ਼ਰਧਾ ਸੀ ਕਿ ਜਦੋਂ ਵੀ ਉਹ ਸਕੂਲ ਨੂੰ ਜਾਂਦੇ ਸਨ ਉਹ ਰਸਤੇ ਵਿੱਚ 25 ਜਪੁਜੀ ਸਾਹਿਬ ਦਾ ਪਾਠ ਕਰਿਆ ਕਰਦੇ ਸਨ। ਸੰਤ ਜੀ ਵੁੱਡ ਰਿਸਾਈਟ 25 ਜਪੁਜੀ ਸਾਹਿਬ ਵਾਇਲ ਵਾਕਿੰਗ ਟੂ ਸਕੂਲ, ਐਂਡ ਇਟ ਇਜ਼ ਕਲੀਅਰ ਫਰੋਮ ਹੇਅਰ ਫਰੋਮ ਸੰਤ ਜੀਸ ਐਕਸ਼ਨਸ ਦੈਟ ਇਟ ਇਜ਼ ਕਲੀਅਰ ਦੈਟ ਸੰਤ ਜੀ ਵਾਸ ਅ ਥਰੂ ਸੇਂਟ। ਐਸ ਭਾਈ ਗੁਰਦਾਸ ਜੀ ਸੇ ਤੈਸੇ ਹੀ ਅਸਾਧ ਸਾਧ ਚਹਿਨ ਕਹਿ ਸਮਾਤ ਹੋਣ ਕਰਨੀ ਕਰਤੂਤ ਲੱਗ ਲੱਛਣ ਕੇ ਲਾਖੀ ਹੈ। ਦੈਟ ਸਿਮਿਲਰਲੀ ਦ ਆਊਟੋ ਸਾਇੰਸ ਆਫ ਦ ਰੀਅਲ ਐਂਡ ਫੇਕ ਸੇਂਟ ਲਾਈਕ, ਬਟ ਦ ਐਕਸ਼ਨਸ ਐਂਡ ਕਰੈਕਟਰਿਸਟਿਕਸ ਇਜ਼ ਵਾਟ ਡਿਫਰੈਂਸ਼ੀਏਟ ਦੈਮ। ਇੱਕ ਦਿਨ ਉਹਨਾਂ ਦੇ ਰਿਸ਼ਤੇਦਾਰੀ ਵਿੱਚੋਂ ਕਿਸੇ ਨੇ ਸੰਤ ਜੀ ਨੂੰ ਸੰਤ ਗੁਰਬਚਨ ਸਿੰਘ ਜੀ ਨਾਲ ਮਿਲਾਇਆ। ਉਹਨਾਂ ਦੀ ਸੰਗਤ ਕਰਕੇ ਉਹ ਉਹਨਾਂ ਨੇ ਮਨ ਬਣਾ ਲਿਆ ਸੀ ਕਿ ਉਹਨਾਂ ਨੇ ਅੱਜ ਤੋਂ ਬਾਅਦ ਗੁਰੂ ਦਾ ਖਾਲਸਾ ਸੱਜ ਕੇ ਉਹਨਾਂ ਨੇ ਦੰਡਮੀ ਟਕਸਾਲ ਦੀ ਸੇਵਾ ਕਰਨੀ ਹੈ। ਉਹ ਇੰਨੇ ਪ੍ਰਭਾਵਿਤ ਹੋਏ ਸਨ ਕਿ ਉਹਨਾਂ ਦੇ ਮਨ ਵਿੱਚ ਬਸ ਗੁਰੂ ਲਈ ਪਿਆਰ ਜਾਗਣ ਲੱਗਿਆ, ਅਤੇ ਉਹਨਾਂ ਦੇ ਮਨ ਵਿੱਚ ਇਹ ਇੱਛਾ ਜਾਗੀ ਕਿ ਮੈਂ ਵੀ ਗੁਰੂ ਦਾ ਖਾਲਸਾ ਸਜਾ। ਉਹ ਪਹਿਲਾਂ ਸੰਤ ਗੁਰਬਚਨ ਸਿੰਘ ਜੀ ਦੇ ਗੜਬਾਈ ਬਣੇ ਅਤੇ ਬਾਅਦ 'ਚ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਉਹਨਾਂ ਨੂੰ ਸੰਪਰਦਾ ਦੰਦਮੀ ਟਕਸਾਲ ਦੀ ਜਥੇਦਾਰੀ ਦੀ ਸੇਵਾ ਸੌਂਪ ਦਿੱਤੀ ਗਈ। ਉਹਨਾਂ ਦਾ ਇੱਕ ਹੀ ਮਕਸਦ ਸੀ ਕਿ ਗੁਰਸਿੱਖੀ ਦਾ ਪ੍ਰਚਾਰ ਹਰ ਥਾਂ ਵਿੱਚ ਕਰਨਾ। ਜਿਹੜੇ ਗੁਰਸਿੱਖ ਉਹਨਾਂ ਦੇ ਨਾਲ ਰਹਿੰਦੇ ਸਨ ਉਹ ਇਹ ਗੱਲ ਕਹਿੰਦੇ ਹੁੰਦੇ ਸਨ ਕਿ ਸੰਤ ਜੀ ਕਦੇ ਵੀ ਸੌਂਦੇ ਨਹੀਂ ਹੁੰਦੇ ਸਨ। ਉਹ ਹਮੇਸ਼ਾ ਆਪਣੀ ਕਥਾ ਵਿੱਚ ਇਹ ਕਹਿੰਦੇ ਸਨ ਕਿ ਆਰਾਮ ਹਰਾਮ ਹੈ। ਉਹ ਵੱਧ ਤੋਂ ਵੱਧ ਇੱਕ ਜਾਂ ਦੋ ਘੰਟੇ ਅੱਖ ਲਗਾ ਦਿੰਦੇ ਸਨ ਅਤੇ ਉੱਠ ਕੇ ਫਿਰ ਵਾਪਸ ਪ੍ਰਚਾਰ 'ਤੇ ਲੱਗ ਦਿੰਦੇ ਸਨ। ਇਹ ਸੀ ਉਹਨਾਂ ਦੀ ਅਵਸਥਾ। ਗੁਰਮੁਖ ਪਿਆਰਿਆ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਿਆ ਕਰ, ਗੁਰਮੁਖ ਪਿਆਰਿਆ ਨਾਮ ਜਪਿਆ ਕਰ, ਗੁਰਮੁਖ ਪਿਆਰਿਆ ਧਰਮ ਦੀ ਕਿਰਤ ਕਰਕੇ ਵਿੱਚੋਂ ਵੰਡ ਕੇ ਛਕਿਆ ਕਰ, ਦਾਨ ਦਿਆ ਕਰ। ਸਾਡਾ ਮਨ ਐਸਾ ਬਣਿਆ ਕਿ ਨਹੀਂ, ਗੁਰੂ ਕੀ ਆਗਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਗੁਰ ਸਤਿਗੁਰ ਕਾ ਜੋ ਸੇਖਾ ਥਾਏ ਸੋ ਭਰ ਕੇ ਉੱਠੇ ਹਰ ਨਾਮ ਧਿਆਵਾ ਹੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰਨਾਵਾ, ਉਪਦੇਸ਼ ਗੁਰੂ ਹਰ ਹਰ ਜਪ ਜਾਪਾ ਸਭ ਕਿਲ ਵਿੱਚ ਪਾਪ ਦੁੱਖ ਲੈ ਜਾਵਾ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵਾ, ਬਹਿੰਦਿਆ ਉਸ ਦੀਆਂ ਹਰ ਨਾਮ ਧਿਆਵਾ, ਜੋ ਸਾਸ ਕਿਰਾਸ ਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ। ਇਹ ਗੁਰੂ ਕੀ ਬਾਣੀ ਦਾ ਅਸਰ ਹੋਇਆ ਸਾਡੇ ਮਨ ਤੇ ਕਿ ਨਹੀਂ? ਹਜ਼ੂਰ ਕਹਿੰਦੇ ਨੇ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਈ ਹੈ, ਕਿ ਉਹਨਾਂ ਨੇ ਆਪਣਾ ਤਨ ਮਨ ਧਨ ਸਾਰਾ ਕੁਛ ਵੇਚ ਕੇ ਉਹਨਾਂ ਨੇ ਬਸ ਖਾਲਸੇ ਪੰਥ ਦੀ ਸੇਵਾ ਕੀਤੀ। 1975 ਵਿੱਚ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ
ਚਲਾਈ ਤਾਂ ਸੰਤ ਕਰਤਾਰ ਸਿੰਘ ਜੀ ਨੇ 37 ਨਗਰ ਕੀਰਤਨ ਪੂਰੇ ਹਿੰਦੁਸਤਾਨ ਵਿੱਚ ਚਲਾਏ। ਥਾਂ ਥਾਂ 'ਤੇ ਜਾ ਕੇ ਖਾਲਸੇ ਦੀ ਰਹਿਣੀ ਬਹਿਣੀ ਬਾਰੇ ਪ੍ਰਚਾਰ ਕੀਤਾ ਅਤੇ ਸਿੱਖਾਂ ਨੂੰ ਆਪਣੀ ਗੁਲਾਮੀ ਦਾ ਅਹਿਸਾਸ ਕਰਕੇ ਜਗਾਇਆ। ਇਨ ਦਿਆ ਲਾਈਫ ਟਾਈਮ ਦੇ ਕੰਪਲੀਟਡ ਕਥਾ ਔਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਨੀ ਟਾਈਮਸ ਵਿੱਚ ਰਿਜ਼ਲਟਡ ਇਨ ਥਾਊਜ਼ੰਡਸ ਔਫ ਸਿੱਖਸ ਗੈਟਿੰਗ ਇੰਸਪਾਇਰਡ ਐਂਡ ਟੇਕਿੰਗ ਅੰਮ੍ਰਿਤ ਡਿਊਰਿੰਗ ਦੈਟ ਟਾਈਮ। ਬਟ ਇਟਸ ਅਨਫੋਰਚੁਨੇਟ ਟੂ ਸੇ ਦੈਟ ਵੀ ਡੋਂਟ ਅਪਰੀਸ਼ੀਏਟ ਥਰੂ ਸੇਂਟਸ ਲਾਈਕ ਸੰਤ ਕਰਤਾਰ ਸਿੰਘ ਜੀ ਐਨੀਮੋਰ। Imagine a time where Sikhs' houses were taramsale and akhade, where Sikhs had love for the Guru, and now that they are not here, now that Santaji is not with us anymore, what do we get to see? What is the state of Punjab today? We see that Punjab has drowned in the pleasure of intoxicants. We fell into the trap of those who wanted to distract us from reigning sovereignty. We at Sri Guru Granth Sahib Ji Academy do ardaas that may Maharaj send more Gursikhs like Sant Kartar Singh Ji to lead the Khalsa Panth once again, to hold our hands and remind us once again that oh Sikho, kithe aapa takhe khande paye aa, wapas Guru de raste aa jao. In their final days, Sant Ji met into an accident and broke their ribs which punctured their lungs. The condition was easily treatable, but the cost of it was the doctors would have to perform a surgery in which their hair on their body would be cut off. Jadon eh gal santan ne suni ta sant ji apni ungal apni gardan utte rakh ke ishara kita ke mainu marna manzoor hai par roma di beadbi nahi karni ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿੱਧਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿੱਧਕ ਨਾ ਜਾਵੇ। ਵੀ ਕੈਨ ਓਨਲੀ ਡੂ ਅਰਦਾਸ ਕਿ ਮੇ ਮਹਾਰਾਜ ਨੈਵਰ ਪੁੱਟ ਅਸ ਇਨ ਅ ਸਿਚੁਏਸ਼ਨ ਵੇਅਰ ਵੀ ਹੈਵ ਟੂ ਚੂਜ਼ between Sikh principles, between our rahat and our life. ਉਹਨਾਂ ਦੇ ਅਖੀਰਲੇ ਸਮੇਂ ਵਿੱਚ ਉਹ ਨਿਸਵਾਸਾਂ ਦੇ ਸਿਮਰਨ ਵਿੱਚ ਰੱਜ ਕੇ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਸਮਾ ਗਏ। ਹੈ 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 ਸਭ ਜਗ ਭਇਓ, ਜੈ 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 ਸਰਲੋਕ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।